वैसे डाइट किस तरह दी रखी तुसी और डाइट कैसी जरूरी है ताकि जे कोई जवान जिहड़ा नवा उठण वाला जवान है उन्हें कोई शौक है, ठीक। हरिया वाला मेरा पिंड है, उत्थे मैं डेरा बनाया। वो उत्थे आ के कोई नवा जवान मेरे को गेम सीखना चाहे, ठीक है, उन्होंने असी उत्थे रिहायश भी देवांगे, ट्रेनिंग भी देवांगे, ते उसकी डाइट का भी असी इंतजाम करांगे। कोई सोहेल साहब एक सवाल तुहाडे को भी होएगा कि तुसी इत्थे माशाल्लाह स्टेडियम बनाया बड़ी गेमा तुसी करवा रहे हो क्या स्टोन लिफ्टिंग भी उन्हें गेमा दे विच ऐड करोगे। बिस्मिल्लाह रहमान रहीम अस्सलाम वालेकुम सारे भाइयों ने उम्मीद करना सब खैरियत नाल होवोगे। पिछले हफ्ते डेढ़ तो पाकिस्तान दे विच खास तौर पर पाकिस्तानी पंजाब दे विच पत्थर चुकन की गेम का बहुत ज्यादा चर्चा हो रही है और यह चर्चा बहुत ज्यादा वध गई जिस वक्त मार्टिन लिसिस अमेरिका तो वर्ल्ड स्ट्रोंगेस्ट मैन वो पाकिस्तान आए और उन्होंने पाकिस्तान के पहलवाना की इतने आके हौसला अफजाई की और खास तौर पर साढ़े इलाके गुजरात के विच एक बहुत वड्डे मजमे के सामने मार्टिन लिसिस आए और उन्होंने सारे पाकिस्तानी पहलवान जिहड़े उन्होंने चैलेंज किया। उन्हों का चैलेंज माशाला एक साढ़े मंडी बहुद्दीन के जवान ने साढ़े फखर ने उन्होंने कबूल किया और उन्होंने मुकाबले से जाके वो पत्थर चुकया माशाला पांच मण का पत्थर उस जवान ने चुकया। वो जवान अच्छ साढ़े ना मौजूद ने माशाला पहलवान उमेर साहब फखरे मंडी बहुद्दीन वो साढ़े ना अज गोंदल स्टेडियम के तशरीफ लैके आए ने। उन्होंने उस्ताद भी साढ़े नाल ने। ते सब तो पहले असी उमेर साहब तो शुरू करांगे कि इस गेम दे विच किस तरह आए किस तरह इन्होंने शौक पैदा होया और इन्हों की अगली जर्नी किस तरह अगे वधी उन्दे ते सारे दरोशनी पाण जी उमेर साहब। बेसिकली सर स्टोन लिफ्टिंग गेम का मैं बहुत ज्यादा शौक से बचपन तो ही, क्योंकि साड़ी एक सकाफती गेम है, साड़े अबाओ जदादे करते आए हैं बटे की गेम है। तो कुछ 4-5 साल तो मैंने इस गेम का बहुत ज्यादा शौक है और मैं 5 साल हो गए ने इस गेम को करद्या। 2019 तो मैं स्टार्ट की, उस्ताद मोहतरम ने कामरान बड़ाई साहब रुस्त में पाकिस्तान इन्हों की जेरे नगरानी 2019 मैं इन्हों का शागिर्द होया। उस तो बाद फिर अलहमदुल्ला स्टोन लिफ्टिंग की गेम मैं शुरू कर ली ਤੇ ਤੁਹਾਡੇ ਉਸਤਾਦ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਨੇ? ਜੀ। ਉਸਤਾਦ ਮੋਹਤਰਮ ਗੁਜਰਾਤ ਤੋਂ ਬਿਲੋਂਗ ਕਰਦੇ ਨੇ, ਅਰੀਆ ਵਾਲਾ ਪਿੰਡ ਹੈ। ਤੇ ਉਸਤਾਦ ਜੀ ਤੁਸੀਂ ਕਿਤਨੇ ਅਰਸੇ ਤੋਂ ਇਸ ਗੇਮ ਨਾਲ ਵਾਬਸਤਾ ਹੋ ਔਰ ਕਿਸ ਤਰ੍ਹਾਂ ਤੁਹਾਡਾ ਇਹਨਾਂ ਨਾਲ ਇੰਟਰੈਕਸ਼ਨ ਹੋਇਆ ਕਿਸ ਤਰ੍ਹਾਂ ਇਹ ਅੱਗੇ ਗੇਮ ਚੱਲੀ? ਮੇਰਾ ਤਕਰੀਬਨ ਇਸ ਗੇਮ ਦੇ ਵਿੱਚ 15 ਸਾਲ ਦਾ ਤਜਰਬਾ ਹੈ, ਠੀਕ ਅੱਛਾ ਹੈ। ਇਹਨਾਂ 15 ਸਾਲਾਂ ਦੇ ਵਿੱਚ ਮੈਂ ਸੈਂਕੜੋ ਜਗ੍ਹਾ ਤੇ ਜਾ ਕੇ ਪੱਥਰ ਚੁੱਕਣ ਦਾ ਮੁਜ਼ਾਹਰਾ ਕਰ ਚੁੱਕਾ ਹਾਂ। ਅਲਹਮਦੁਲਿਲਾ ਰੁਸਤ ਮੇਂ ਪਾਕਿਸਤਾਨ ਦਾ ਖਿਤਾਬ ਵੀ ਮਿਲਿਆ, ਮਾਸ਼ਾ ਅੱਲਾਹ। 240 ਕਿਲੋ ਪੱਥਰ ਜਿਹੜਾ ਕਿ ਅਜੇ ਤੱਕ ਕਿਸੇ ਹੋਰ ਖਿਲਾੜੀ ਨੇ ਨਹੀਂ ਚੁੱਕਿਆ ਮੇਰੇ ਤੋਂ ਸਿਵਾ। ਇਹਦਾ ਮਤਲਬ ਹੈ ਅਸੀਂ ਕਹਿ ਸਕਦੇ ਹਾਂ ਕਿ ਤੁਸੀਂ ਪਾਕਿਸਤਾਨ ਦੇ ਸਟਰੋਂਗੈਸਟ ਮੈਨ ਹੈ ਉਹ ਕਿਉਂਕਿ ਮਾਰਟਿਨ ਲਿਸਿਸ ਅਗਰ ਵਰਲਡ ਸਟਰੋਂਗੈਸਟ ਮੈਨ ਨੇ ਤੇ ਪਾਕਿਸਤਾਨ ਕਿਉਂਕਿ 240 ਮਾਸ਼ਾ ਅੱਲਾਹ ਇਹਨਾਂ ਨੇ ਅਗਰ ਚੁੱਕਿਆ ਤੇ ਬੜੀ ਕਮਾਲ ਗੱਲ ਹੈ। ਜੀ, ਅਲਹਮਦੁਲਿਲਾ ਮੈਂ ਜਿਹੜਾ ਮੇਰੇ ਕੋਲ ਪਿਆ ਹੈ 6 ਮਣ ਦਾ ਪੱਥਰ, ਉਹਦੇ ਉੱਤੇ ਮੈਂ ਪੂਰੇ ਪਾਕਿਸਤਾਨ ਨੂੰ ਜਿਹੜਾ ਨਾ ਉਹ ਇਨਾਮ ਰੱਖਿਆ ਕਿ ਜਿਹੜਾ ਮੇਰਾ ਪੱਥਰ ਚੁੱਕੇਗਾ 5 ਲੱਖ ਮੈਂ ਇਹਨੂੰ ਇਨਾਮ ਦੇਵਾਂਗਾ। ਮਾਸ਼ਾ ਅੱਲਾਹ ਜੀ ਜੀ ਮਾਸ਼ਾ ਅੱਲਾਹ ਜੀ। ਤੇ ਇਹਨਾਂ ਨਾਲ ਕਿਸ ਤਰ੍ਹਾਂ ਤੁਹਾਡੀ ਮੁਲਾਕਾਤ ਹੋਈ ਉਮੇਰ ਸਾਹਿਬ ਇਹਨਾਂ ਨਾਲ? ਨਾਲ ਮੁਲਾਕਾਤ ਇਸ ਤਰ੍ਹਾਂ ਹੋਈ ਕਿ ਮੈਂ ਇੱਕ ਮੇਲੇ ਦੇ ਉੱਤੇ ਪੱਥਰ ਚੁੱਕ ਰਿਹਾ ਸਾਂ ਅੱਛਾ 2019 ਵਿੱਚ, ਠੀਕ। ਉੱਥੇ ਉਮੇਰ ਵੀ ਆਇਆ ਸੀ, ਠੀਕ ਹੈ। ਆਇਆ ਆ ਕੇ ਮਿਲ ਕੇ ਮੈਨੂੰ ਕਹਿੰਦਾ ਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ, ਤੁਹਾਡੀਆਂ ਵੀਡੀਓਜ਼ ਵਗੈਰਾ ਵੇਖੀ ਦੀਆਂ ਨੇ। ਇਹਨੇ ਨੰਬਰ ਲੈ ਲਿਆ, ਨੰਬਰ ਲੈ ਕੇ ਕੁਝ ਦਿਨਾਂ ਬਾਅਦ ਮੇਰੇ ਕੋਲ ਆ ਗਿਆ। ਆ ਕੇ ਨਿਹਾਇਸ਼ ਜ਼ਾਹਿਰ ਕੀਤੀ ਕਿ ਮੈਂ ਗੇਮ ਕਰਨਾ ਚਾਹੁੰਦਾ,
ਫਿਰ ਇਹ 2019 ਤੋਂ ਪ੍ਰੋਪਰ ਮੈਂ ਇਹਨੂੰ ਆਪਣੇ ਸ਼ਾਗਿਰਦੀ 'ਚ ਲਿਆ ਅਤੇ ਤਕਰੀਬਨ 4-5 ਸਾਲ ਇਹਨੇ ਮੁਸਲਸਲ ਮਿਹਨਤ ਕੀਤੀ ਹੈ ਅਤੇ ਅੱਜ ਅਲਹਮਦੁਲਿਲਾ ਇਹਨੇ 200 ਕਿਲੋ ਵਜ਼ਨ ਚੁੱਕਿਆ। ਅਤੇ ਜਦੋਂ ਮੇਰੇ ਕੋਲ ਆਇਆ ਸੀ ਉਦੋਂ ਤਾਂ ਬਿਲਕੁਲ ਬੱਚਾ ਸੀ, ਅੱਜ ਵੇਖੋ ਮਾਸ਼ਾਅੱਲਾ ਕਿਹੜਾ ਸ਼ੇਰ ਜਵਾਨ ਬਣ ਗਿਆ ਮਾਸ਼ਾਅੱਲਾ। ਮਾਸ਼ਾਅੱਲਾ। ਅੱਛਾ ਕਾਮਰਾਨ ਸਾਹਿਬ, ਇੱਕ ਤੁਹਾਡੇ ਨਾਲ ਸਵਾਲ ਹੈ ਕਿ ਮੈਂ ਬੜਾ ਹੈਰਾਨ ਹੋਇਆ ਸੁਣ ਕੇ ਜਿਸ ਵਕਤ ਪਤਾ ਲੱਗਾ ਜੀ ਅਮਰੀਕਾ ਤੋਂ ਗੋਰਾ ਇੱਥੇ ਆ ਗਿਆ, ਤੇ ਉਹ ਕਿਆ ਸਰਕਾਰੀ ਤੌਰ ਤੇ ਕੋਈ ਬੁਲਾਇਆ ਗਿਆ ਜਾਂ ਕਿਹਨੇ ਮਾਸ਼ਾਅੱਲਾ ਇੰਨੀ ਵੱਡੀ ਕਾਰਵਾਈ ਕੀਤੀ ਹੈ? ਇਹ ਜੀ ਗੋਰਾ ਜਿਹੜਾ ਵੇ ਵਰਲਡ ਸਟਰੋਂਗੈਸਟ ਮੈਨ ਹੈ, ਠੀਕ ਹੈ, ਤੇ ਇਹਨੂੰ ਇਹਦੇ ਨਾਲ ਨਾਲ ਪੱਥਰ ਉਠਾਉਣ ਦਾ ਵੀ ਬੜਾ ਸ਼ੌਕ ਹੈ ਤੇ ਇਹ ਇਹਨੇ ਵੀਡੀਓਜ਼ ਵਗੈਰਾ ਹੀ ਵੇਖੀਆਂ, ਠੀਕ ਹੈ, ਕਾਫੀ ਮਿਲੀਅਨਸ ਵਿੱਚ ਵੀਡੀਓ ਗਈਆਂ ਨੇ ਸਾਡੀਆਂ, ਵੀਡੀਓਜ਼ ਵਗੈਰਾ ਵੇਖ ਕੇ ਇਹਨੂੰ ਕਾਫੀ ਜਿਹੜਾ ਨਾ ਤਜਸਸ ਹੋਇਆ ਕਿ ਮੈਂ ਜਾ ਕੇ ਪਾਕਿਸਤਾਨੀ ਭਲਵਾਨ ਜਿਹੜੇ ਕਿ ਕਾਫੀ ਮਾਸ਼ਾਅੱਲਾ ਤਗੜੇ ਭਲਵਾਨ ਨੇ ਉਹਨਾਂ ਨਾਲ ਜਾ ਕੇ ਮੈਂ ਵੀ ਸਟੋਨ ਲਿਫਟਿੰਗ ਕਰਾਂ। ਉਹ ਇਸ ਹਵਾਲੇ ਨਾਲ ਪਾਕਿਸਤਾਨ 'ਚ ਆਇਆ ਤੇ 20 ਤਰੀਕ ਨੂੰ ਮੈਂ ਆਪਣੇ ਪਿੰਡ ਨੂੰ ਇਨਵਾਈਟ ਵੀ ਕੀਤਾ ਸੀ, ਠੀਕ ਹੈ, ਉਹ ਕਿਹੜੇ ਪਿੰਡ? ਹਰੀਆ ਵਾਲਾ ਗੁਜਰਾਤ ਵਿੱਚ ਮੇਰੇ ਕੋਲ ਆਇਆ ਸੀ ਉਹ। ਅੱਛਾ। ਗੋਂਦਲ ਸਾਹਿਬ ਵੀ ਉੱਥੇ ਆਏ ਸਨ ਮਾਸ਼ਾਅੱਲਾ ਤੇ ਬਹੁਤ ਅੱਛਾ ਉੱਥੇ ਇਵੈਂਟ ਕਰਾਇਆ ਉਹਦਾ, ਉੱਥੇ ਉਹਨੇ ਜ਼ੋਰ ਲਾਇਆ, ਠੀਕ ਹੈ, ਉੱਥੇ ਉਹਨੇ ਵੀ ਪੱਥਰ ਚੁੱਕਿਆ ਤੇ ਮੇਰਾ ਜਿਹੜਾ ਸ਼ਗਿਰਦ ਉਮੈਰ ਹਸਨ ਇਹਨੇ ਵੀ ਉੱਥੇ 5 ਮਣ ਦਾ ਪੱਥਰ ਚੁੱਕਿਆ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਸਾਡੇ ਵਾਸਤੇ ਤੇ ਖਾਸ ਤੌਰ ਤੇ ਜਿਹੜੇ ਮੰਡੀ ਭਾਉਦੀ ਨੂੰ ਗੁਜਰਾਤ ਵਾਸਤੇ ਤੇ ਬੜੇ ਫਖਰ ਦੀ ਗੱਲ ਸੀ ਕਿ ਇੱਕ ਅਮਰੀਕਾ ਦਾ ਇੰਨੇ ਵੱਡੇ ਲੈਵਲ ਤੇ ਇੱਕ ਸਟਰੋਂਗੈਸਟ ਮੈਨ ਹੈ ਉਹ ਇੱਥੇ ਆਇਆ ਔਰ ਉਹਦੀ ਮੇਜ਼ਬਾਨੀ ਦਾ ਤੁਹਾਨੂੰ ਸ਼ਰਫ ਮਿਲਿਆ ਤੇ ਬੜੀ ਗੱਲ ਹੈ। ਜੀ ਜੀ ਬਿਲਕੁਲ ਇਸ ਤਰ੍ਹਾਂ ਹੀ ਹੈ। ਤੇ ਉਸ ਤੋਂ ਇਲਾਵਾ ਤੁਸੀਂ ਇਹ ਦੱਸੋ ਕਿ ਇਸ ਗੇਮ ਦੇ ਬਾਰੇ 'ਚ ਅਗਰ ਤੁਸੀਂ ਯੰਗ ਜਿਹੜੇ ਲੜਕੇ ਨੇ ਇਹ ਇਸ ਗੇਮ ਵਾਲੀ ਸਾਈਡ ਤੇ ਆਉਣਾ ਚਾਹਣ, ਕਿਉਂਕਿ ਬਾਕੀ ਚੀਜ਼ਾਂ ਦੇ ਵਿੱਚ ਸਪੋਰਟਸ ਨਜ਼ਰ ਆ ਰਹੀ ਹੈ, ਕਬੱਡੀ ਹੈ, ਬਾਕੀ ਚੀਜ਼ਾਂ, ਇਹਦੇ ਵਿੱਚ ਤੁਸੀਂ ਬੱਚਿਆਂ ਨੂੰ ਕੀ ਤਰਗੀਬ ਦਿਓਗੇ ਕਿ ਕਿਆ ਇੱਕ ਅੱਛੀ ਗੇਮ ਹੈ, ਇਸ ਸਾਈਡ ਤੇ ਆਉਣਾ ਚਾਹੀਦਾ ਹੈ ਔਰ ਇਹ ਸਿਹਤ ਵਾਸਤੇ ਕੈਸੀ ਗੇਮ ਹੈ? ਜੀ ਸਪੋਰਟਸ ਕੋਈ ਵੀ ਹੈ ਨਾ ਉਹ ਅੱਛੀ ਚੀਜ਼ ਅੱਛੀ ਹੈ, ਕਰਨੀ ਚਾਹੀਦੀ ਹੈ, ਚਾਹੇ ਤੁਸੀਂ ਕਬੱਡੀ ਖੇਡਦੇ ਹੋ, ਚਾਹੇ ਵੇਟ ਲਿਫਟਿੰਗ ਕਰਦੇ ਹੋ, ਚਾਹੇ ਤੁਸੀਂ ਪੱਥਰ ਚੁੱਕਦੇ ਹੋ, ਠੀਕ, ਕੋਈ ਇੱਕ ਨਾ ਇੱਕ ਗੇਮ ਮੇਰੇ ਤਾਂ ਖਿਆਲ ਦੇ ਵਿੱਚ ਬੰਦੇ ਨੂੰ ਜ਼ਰੂਰ ਕਰਨੀ ਚਾਹੀਦੀ, ਬੰਦਾ ਬੱਚਿਆ ਰਹਿੰਦਾ ਵੇ ਨਸ਼ਿਆਂ ਨੂੰ, ਠੀਕ ਹੈ। ਅਤੇ ਸਟੋਨ ਲਿਫਟਿੰਗ ਅੱਗੇ ਤਾਂ ਚਲੋ ਇੰਨੀ ਜ਼ਿਆਦਾ ਹਾਈਲਾਈਟ ਵੀ ਨਹੀਂ ਸੀ ਆਇਆ, ਹੁਣ ਤਾਂ ਮਾਸ਼ਾਅੱਲਾ ਬੜੀ ਹਾਈਲਾਈਟ ਹੋ ਗਈ ਹੈ। ਤੇ ਦੋਸਤ ਇਹ ਸਮਝਦੇ ਨੇ ਕਿ ਇਹ ਸਟੋਨ ਚੁੱਕਣ ਨਾਲ ਜਾਂ ਵੇਟ ਜ਼ਿਆਦਾ ਚੁੱਕਣ ਨਾਲ ਕੋਈ ਜਿਸਮ ਨੂੰ ਪ੍ਰੋਬਲਮ ਹੋ ਸਕਦੀ ਹੈ ਜਾਂ ਬੁਢਾਪੇ ਦੇ ਵਿੱਚ ਆ ਕੇ ਕੋਈ ਮਸਲਾ ਹੋ ਸਕਦਾ ਹੈ, ਉਹਦਾ ਤਾਂ ਕੋਈ ਮਸਲਾ? ਦੇਖੋ ਜੀ ਇੱਕ ਸਪੋਰਟਸ ਹੈ, ਇਹਦੇ ਵਿੱਚ ਕੋਈ ਵੀ ਸਪੋਰਟਸ ਹੈ ਇੰਜਰੀ ਉਹਦਾ ਹਿੱਸਾ, ਠੀਕ ਹੈ। ਹੁਣ ਅਸੀਂ ਨਹੀਂ ਕਹਿੰਦੇ ਕਿ ਸਾਡੀ ਗੇਮ ਬੜੀ ਸੇਫ ਗੇਮ ਹੈ, ਹੁਣ ਕਬੱਡੀ ਵਿੱਚ ਵੀ ਤੁਸੀਂ ਵੇਖਿਆ ਹੁਣ ਅਕਸਰ ਜਵਾਨਾਂ ਦੇ ਘੁਟਨਿਆਂ ਦੇ ਆਪਰੇਸ਼ਨ ਵਗੈਰਾ ਹੁੰਦੇ ਰਹਿੰਦੇ ਨੇ, ਲੈ ਜਾਂਦੇ ਨੇ, ਇਸ ਤਰ੍ਹਾਂ ਸਾਡੀ ਗੇਮ ਹੀ ਹੈ, ਕੋਈ ਵੀ ਸਪੋਰਟਸ ਦੇ ਇੰਜਰੀਜ਼ ਉਹਦੇ ਨਾਲ ਹੈ। ਲੇਕਿਨ ਉਹ ਇਹ ਵੇ ਕਿ ਜੇ ਤੁਸੀਂ ਕਿਸੇ ਪ੍ਰੋਫੈਸ਼ਨਲ ਬੰਦੇ ਕੋਲ ਰਹਿ ਕੇ ਉਹਦੀ ਟੈਕਨੀਕ ਵਗੈਰਾ ਸਿੱਖ ਕੇ ਉਹਨੂੰ ਕਰਦੇ ਹੋ, ਉਹਦੇ ਵਿੱਚ ਫਿਰ ਇਹ ਵੇ ਕਿ ਬਹੁਤ ਘੱਟ ਚਾਂਸਿਸ ਹੁੰਦੇ ਨੇ ਕਿ ਤੁਹਾਨੂੰ ਇੰਜਰੀ ਹੋਵੇ। ਤੇ ਤੁਸੀਂ ਦੋਨੇ ਉਸਤਾਦ ਮਿਲ ਕੇ ਵੀ, ਸੁਹੇਲਨ ਔਰ ਗੋਂਦਲ ਸਾਹਿਬ, ਤੇ ਤੁਸੀਂ ਮਿਲ ਕੇ ਵੀ ਇਸ ਤੇ ਕੰਮ ਕਰਨਾ ਚਾਹੋਗੇ ਕਿਉਂਕਿ ਉਹ ਕਬੱਡੀ ਦੇ ਬੇਤਾਜ ਬਾਦਸ਼ਾਹ ਨੇ ਤੇ ਤੁਸੀਂ ਰੁਸਤਮ ਏ ਪਾਕਿਸਤਾਨ ਨੂੰ ਵੇਟ ਲਿਫਟਿੰਗ ਦੇ ਤੇ ਉਹਦੇ ਤੇ ਕੋਈ ਤੁਸੀਂ ਰੋਸ਼ਨੀ ਪਾਓ? ਜੀ ਜੀ ਕਿਉਂ ਨਹੀਂ ਜਨਾਬ, ਅੱਜ ਅਸੀਂ ਗੋਂਦਲ ਸਾਹਿਬ ਦੇ ਕੋਲ ਆਏ ਹਾਂ ਤੇ ਇਹਨਾਂ ਨੂੰ ਵੀ ਅਸੀਂ ਇਹ ਮਸ਼ਵਰਾ ਦਿੱਤਾ ਹੈ, ਅਬਲ ਤੇ ਸਲਾਹ ਹੀ ਕੀਤੀ ਹੈ ਮਸ਼ਵਰਾ ਕੀ ਕਿ ਇੱਥੇ ਤੁਸੀਂ ਇਹ ਪੱਥਰ ਰੱਖੋ 3-4, ਠੀਕ ਹੈ, ਉਹ ਇਹ ਵੇ ਕਿ ਚਲੋ ਅਸੀਂ ਵੀ ਕੋਈ ਉਹਨਾਂ ਨੂੰ ਗਾਈਡ ਕਰਾਂਗੇ ਜੇ ਤੁਸੀਂ ਵੀ ਜਿਹੜਾ ਨਾਲੇ ਸਾਡੀ ਗੇਮ ਨੂੰ ਪ੍ਰਮੋਟ ਵੀ ਲਾਉਂਦੇ ਰਹੋਗੇ ਚੱਕਰ, ਇਨਸ਼ਾਅੱਲਾ ਅਸੀਂ ਚੱਕਰ ਵੀ ਲਾਉਂਦੇ ਰਵਾਂਗੇ ਇਹਨਾਂ ਨੂੰ, ਨਾਲੇ ਕਿਹਾ ਕਿ ਤੁਸੀਂ ਸਾਡੀ ਗੇਮ ਨੂੰ ਵੀ ਪ੍ਰਮੋਟ ਕਰੋ ਜੀ। ਇਹਨਾਂ ਨੇ ਕਿਹਾ ਇਨਸ਼ਾਅੱਲਾ ਮੈਂ ਨਾ ਇੱਥੇ ਪੱਥਰ ਰੱਖਣਾ ਤੇ ਤੁਹਾਡੀ ਗੇਮ ਨੂੰ ਜਿਹੜਾ ਨਾ ਇਨਸ਼ਾਅੱਲਾ ਅਸੀਂ ਜ਼ਿਆਦਾ ਤੋਂ ਜ਼ਿਆਦਾ ਪ੍ਰਮੋਟ ਵੀ ਕਰਾਂਗੇ। ਸੁਹੇਲ ਸਾਹਿਬ ਇੱਕ ਸਵਾਲ ਤੁਹਾਡੇ ਕੋਲ ਵੀ ਹੋਏਗਾ ਕਿ ਤੁਸੀਂ ਇੱਥੇ ਮਾਸ਼ਾਅੱਲਾ ਸਟੇਡੀਅਮ ਬਣਾਇਆ, ਬੜੀ ਗੇਮਾਂ ਤੁਸੀਂ ਕਰਵਾ ਰਹੇ ਹੋ, ਕਿਆ ਸਟੋਨ ਲਿਫਟਿੰਗ ਵੀ ਉਹਨਾਂ ਗੇਮਾਂ ਦੇ ਵਿੱਚ ਐਡ ਕਰੋਗੇ ਔਰ ਕਿਆ
ਉਸਤਾਦ ਸਾਹਿਬ ਨਾਲ ਮਿਲ ਕੇ ਤੁਸੀਂ ਵੀ ਇਕੱਠੇ ਕੰਮ ਕਰੋਗੇ? ਜਾਂ ਇਨਸ਼ਾਅੱਲਾ ਜ਼ਰੂਰ ਕਰਾਂਦੇ ਅੱਗੇ ਵੀ ਅਸੀਂ ਇੱਥੇ ਸੁਹਾਗਾ ਜਾਂ ਗਾਰਡਨ ਇਹਦੀਆਂ ਚੀਜ਼ਾਂ ਰੱਖੀਆਂ ਜਿਨ੍ਹਾਂ ਦੇ ਬੱਚੇ ਇੱਥੇ ਬਾਲੇ ਕੱਢਦੇ ਨੇ। ਔਰ ਹੁਣ ਕਾਮਰਾਨ ਵੜੈ ਸਾਹਿਬ ਨੂੰ ਇੱਥੇ ਬੁਲਾਉਣ ਦਾ ਮਕਸਦ ਵੀ ਇਹੀ ਹੈ ਕਿ ਇਹਨਾਂ ਕੋਲ ਰਹਿਨਮਾਈ ਲਈ ਜਾਏ ਕਿ ਸਾਨੂੰ ਵੀ ਤੁਸੀਂ ਕੋਈ ਪਹਿਲੇ 50 ਕਿਲੋ 80 ਕਿਲੋ 100 ਕਿਲੋ ਦਾ ਜਿਹੜਾ ਕੋਈ ਹਲਕੇ ਵਜ਼ਨ ਦੇ ਸਟੋਨ ਪੱਥਰ ਨੂੰ ਸਾਨੂੰ ਦਿਓ ਤਾਂ ਕਿ ਅਸੀਂ ਆਪਣੇ ਜਿਹੜੇ ਸ਼ਾਗਿਰਦ ਇੱਥੇ ਰਹਿ ਰਹੇ ਨੇ ਉਹਨਾਂ ਨੂੰ ਪ੍ਰੋਪਰ ਇਸ ਗੇਮ ਨਾਲ ਗਾਈਡ ਕਰੀਏ, ਕਿਉਂਕਿ ਮਾਸ਼ਾਅੱਲਾ ਜਿੱਦਾਂ ਹੁਣ ਸੋਸ਼ਲ ਮੀਡੀਆ ਤੇ ਇਹ ਗੇਮ ਹਾਈਲਾਈਟ ਹੋ ਗਈ ਹੈ ਔਰ ਮਾਰਟਨ ਲਿਸ ਜਿਹੜਾ ਜਿਤਨਾ ਇੱਥੇ ਆ ਕੇ ਇਸ ਗੇਮ ਨੂੰ ਪ੍ਰਮੋਟ ਕੀਤਾ ਹੈ, ਇਨਸ਼ਾਅੱਲਾ ਸਾਡੇ ਨੌਜਵਾਨ ਹੀ ਪਾਕਿਸਤਾਨ ਦੇ ਅਮਰੀਕਾ ਵਿੱਚ ਓਲੰਪਿਕ ਗੇਮ 'ਚ ਜਾ ਕੇ ਇਨਸ਼ਾਅੱਲਾ ਇਸ ਗੇਮ ਨੂੰ ਅੱਛੀ ਤਰ੍ਹਾਂ ਇਹਦੇ ਵਿੱਚ ਕਾਮਯਾਬ ਹੋਣ ਦੇ। ਤੇ ਬਲਵਾਨ ਸਾਹਿਬ ਤੁਹਾਨੂੰ ਤੇ ਬੜਾ ਫਖਰ ਹੋਣਾ ਹੈ ਆਪਣੇ ਸ਼ਾਗਿਰਦ ਤੇ ਮਾਸ਼ਾਅੱਲਾ, ਤੇ ਜਿਸ ਤਰ੍ਹਾਂ ਇਹਨਾਂ ਨੇ ਨਾਮ ਰੋਸ਼ਨ ਕੀਤਾ ਪਾਕਿਸਤਾਨ ਦਾ, ਔਰ ਖਾਸ ਤੌਰ ਤੇ ਉਹ ਬੰਦਾ ਹੁਣ ਅਮਰੀਕਾ ਜਾ ਕੇ ਜ਼ਿਕਰ ਕਰੇਗਾ ਕਿ ਉੱਥੇ ਦੇ ਤੇ ਬੱਚੇ ਵੀ ਉੱਥੇ ਦੇ ਸ਼ਾਗਿਰਦ ਵੀ ਪੱਥਰ ਚੁੱਕ ਲੈਂਦੇ। ਹਾਂਜੀ ਜੀ ਬਿਲਕੁਲ, ਸਾਡੇ ਵਾਸਤੇ ਇਹ ਬੜੇ ਪੂਰੇ ਪਾਕਿਸਤਾਨ ਵਾਸਤੇ ਬੜੇ ਫਖਰ ਦੀ ਗੱਲ ਹੈ। ਠੀਕ ਹੈ, ਮੈਂ ਰਾਤ ਨੂੰ ਵੇਖ ਰਿਹਾ ਸਾਂ ਕਿ ਉਹਦਾ ਜਿਹੜਾ ਇੰਸਟਾਗ੍ਰਾਮ ਦਾ ਅਕਾਊਂਟ ਹੈ, ਅਫੀਸ਼ੀਅਲ ਅਕਾਊਂਟ, ਉਹਨੇ ਉਹਦੇ ਉੱਤੇ ਉਮੈਰ ਦੀ ਵੀਡੀਓ ਲਾਈ ਹੈ। ਸਾਡੇ ਵਾਸਤੇ ਇਹਦੇ ਤੋਂ ਵੱਡੀ ਜਿਹੜਾ ਨਾ ਫਖਰ ਦੀ ਗੱਲ ਹੈ। ਕਹਿੰਦੇ ਤੇ ਜੀ ਜ਼ਰੂਰ ਸਾਡੇ ਕੋਲ ਤਾਲੀਆਂ ਵਜਾਈਏ, ਮਾਸ਼ਾਅੱਲਾ ਬਹੁਤ ਜ਼ਬਰਦਸਤ। ਅੱਛਾ ਉਮੈਰ ਸਾਹਿਬ, ਵਾਪਸ ਤੁਹਾਡੇ ਤੇ ਅਗਰ ਆਈਏ ਨਾ, ਤੇ ਇੱਕ ਸਵਾਲ ਜਿਹੜਾ ਸ਼ੁਰੂ ਦੇ ਵਿੱਚ ਰਹਿ ਗਿਆ ਸੀ ਤੁਹਾਡੇ ਕੋਲ ਕਰਨਾ, ਤੁਸੀਂ ਇਹ ਦੱਸੋ ਕਿ ਇਹਦੇ ਵਾਸਤੇ ਡਾਈਟ ਕਿਸ ਤਰ੍ਹਾਂ ਦੀ ਰੱਖੀ ਤੁਸੀਂ, ਔਰ ਡਾਈਟ ਕੈਸੀ ਜ਼ਰੂਰੀ ਹੈ ਤਾਂ ਕਿ ਇਹ ਬੱਚਿਆਂ ਨੂੰ ਸ਼ੌਕ ਉਭਰੇ ਔਰ ਇਹ ਵੀ ਇਹਦੇ ਤੇ ਅਮਲ ਪੈਰਾ ਹੋਣ। ਸਹੀ ਹੋ ਗਿਆ, ਡਾਈਟ ਮੈਂ ਤਕਰੀਬਨ 1 ਮਹੀਨੇ ਤੋਂ ਰਹਿ ਰਿਹਾ ਆਪਣੇ ਉਸਤਾਦ ਕੋਲ, ਸੁਬਹ ਤੋਂ ਸ਼ਾਮ ਤੱਕ ਜਿੰਨੀ ਵੀ ਡਾਈਟ ਹੈ ਉਹ 2-2 ਘੰਟੇ ਬਾਅਦ ਜੋ ਜੋ ਅਸੀਂ 1-1 ਮੀਲ ਖਾਂਦੇ ਹਾਂ ਉਸਤਾਦ ਰਿਕੁਆਇਰਮੈਂਟ, ਬਾਕੀ ਮੇਰੀ ਦਿਨ ਦੀ ਕਿਹੜੀ ਮਤਲਬ ਹੈ ਕਿ ਪਲਿਓ ਨਹੀਂ ਖਾਣਾ ਉਸਤਾਦ ਇਹਨਾਂ ਬਾਅਦ ਇਹਦਾ ਮਤਲਬ ਹੈ ਇਹ ਮੇਰੇ ਜਾਨੇ ਸ਼ਿਗਰੇ ਦਾ ਵਰਤ ਬਾਕੀ ਡਾਈਟ ਮੈਂ ਇਹਦੇ ਵਿੱਚ ਦੇਸੀ ਡਾਈਟ ਜਿਹੜੀ ਅਸੀਂ ਖਾ ਰਹੇ ਹਾਂ ਉਹ ਮੈਂ ਦੱਸ ਦਿੰਦਾ, ਸਾਡਾ ਇਹਦੇ ਵਿੱਚ ਦਲੀਆ ਸੁਬਹ ਬ੍ਰੇਕਫਾਸਟ ਹੈ ਨਾਲ ਅੰਡੇ ਦੀ ਸਫੈਦੀ ਹੈ, ਉਸ ਤੋਂ 2-3 ਘੰਟੇ ਬਾਅਦ ਸਾਡੀ ਦੂਸਰੀ ਮੀਲ ਹੁੰਦੀ ਹੈ ਫਰੂਟ ਦੀ, ਮਿਕਸ ਫਰੂਟ, ਉਸ ਤੋਂ ਬਾਅਦ ਦਿਨ ਟਾਈਮ ਅਸੀਂ ਕੀਮਾ ਖਾਂਦੇ ਹਾਂ ਜਾਂ ਵੱਡਾ ਗੋਸ਼ਤ, ਸਾਡੀ ਰੂਟੀਨ ਹੈ। ਠੀਕ ਹੈ ਜੀ, ਤੇ ਸਲਾਦ ਵਗੈਰਾ, ਸਲਾਦ ਵਗੈਰਾ ਹੋ ਗਿਆ, ਮਿਕਸ ਸਲਾਦ ਹੋ ਗਿਆ। ਤੇ ਮੰਥਲੀ ਕਿੰਨਾ ਖਰਚਾ ਤੁਸੀਂ ਇੱਕ ਬੰਦੇ ਦੇ ਉੱਤੇ, ਤੁਸੀਂ ਦੱਸੋ ਕਿ ਇੰਨਾ ਖਰਚਾ ਜ਼ਰੂਰ? ਜਿਸ ਲੈਵਲ ਦੀ ਤਿਆਰੀ ਉਮੈਰਾ ਸਨ ਨੇ ਕੀਤੀ ਹੈ, ਕਮ ਅਜ਼ ਕਮ 2-2.5 ਲੱਖ ਰੁਪਇਆ ਜਿਹੜਾ ਨਾ ਡਾਈਟ ਦਾ ਖਰਚਾ ਉਹ 1 ਮਹੀਨੇ ਦਾ ਆ ਜਾਂਦਾ। ਤੇ ਕਿਆ ਗਵਰਨਮੈਂਟ ਸਾਡੇ ਬੱਚਿਆਂ ਨੂੰ ਕੋਈ ਸਪੋਰਟ ਕਰ ਰਹੀ ਹੈ, ਕੋਈ ਨਵੇਂ ਜਿਹੜੇ ਲੱਗੇ ਆ ਰਹੇ ਨੇ? ਜੀ ਅਸੀਂ ਜੋ ਕੁਝ ਕਰ ਰਹੇ ਹਾਂ ਆਪਣੇ ਮਦਦ ਆਪ ਦੇ ਤਹਿਤ ਹੀ ਕਰ ਰਹੇ ਹਾਂ। ਜਿਹੜੀ ਫੈਡਰੇਸ਼ਨ ਹੈ ਇੱਥੇ ਸਟੋਨ ਲਿਫਟਿੰਗ ਦੀ ਜਾਂ ਇਸ ਤਰ੍ਹਾਂ ਦੀ ਗੇਮਾਂ ਦੀ, ਛੋਟੀਆਂ ਗੇਮਾਂ ਦੀ, ਕਿਆ ਇਹ ਕੋਈ ਇਸ ਤੇ ਕੰਮ ਨਹੀਂ ਕਰ ਰਹੀ? ਨਹੀਂ ਜੀ ਬਿਲਕੁਲ, ਅਜੇ ਤੱਕ ਸਾਡੇ ਨਾਲ ਕਿਸੇ ਕੋਈ ਰਾਬਤਾ ਨਹੀਂ ਕੀਤਾ, ਅਸੀਂ ਇੱਥੋਂ ਤੱਕ ਜਿਹੜਾ ਪਹੁੰਚੇ ਹਾਂ ਉਹ ਆਪਣੇ ਸਿਰ ਤੇ ਪਹੁੰਚੇ। ਤੇ ਜਿਹੜਾ ਤੁਹਾਡਾ ਇਹ ਵੀ ਸੁਣਨਾ ਚਾਹ ਰਿਹਾ ਹੈ, ਬੜਾ ਪਾਣੇ ਆ ਬਸ ਕੋਲੋਂ ਕੀਤੀ ਹੁੰਦੇ ਆ ਪਰ ਸਾਡੇ ਨਾਲ ਕਿਸੇ ਰਾਬਤਾ ਨਹੀਂ ਕੀਤਾ। ਸੁਣਦਾ ਕੋਈ ਸੋਸ਼ਲ ਮੀਡੀਆ ਤੇ ਇਹ ਵੀ ਸੁਣਨ ਚ ਆ ਰਿਹਾ ਕਿ ਤੁਸੀਂ ਵੀ ਬਾਹਰ ਕੋਈ ਜਾ ਰਹੇ ਹੋ? ਹਾਂ ਜੀ, ਅਲਹਮਦੁਲਿਲਾ ਏਸ਼ੀਅਨ ਚੈਂਪੀਅਨਸ਼ਿਪ ਜਿਹੜਾ ਨਾ ਹੋ ਰਹੀ ਹੈ ਪਾਵਰ ਲਿਫਟਿੰਗ ਦੀ ਹਾਂਗਕਾਂਗ ਦੇ ਵਿੱਚ, ਤੇ ਇਨਸ਼ਾਅੱਲਾ ਪਾਕਿਸਤਾਨ ਨੂੰ ਰਿਪ੍ਰੈਜ਼ੈਂਟ ਕਰਾਂਗੇ ਅਸੀਂ। ਟਿਕਟ ਵੀ ਪੱਲਿਓ ਹੀ ਕਰਵਾਓਗੇ ਫਿਰ? ਨਹੀਂ ਉਹ ਜਿਹੜਾ ਨਾ ਇਹਨਾਂ ਕੋ ਤੇ ਮੁਲਕ ਦੇ ਭਾਰ ਪਾਣਾ ਚਾਹੀਦਾ। ਚਲੋ ਮਾਸ਼ਾਅੱਲਾ ਜੀ ਜੀ, ਤੇ ਬਹੁਤ ਖੁਸ਼ੀ ਹੋਈ ਜਨਾਬ ਤੁਹਾਡੇ ਨਾਲ ਗੱਲ ਕਰਕੇ, ਔਰ ਇਨਸ਼ਾਅੱਲਾ ਹੁੰਦੀ ਰਹੇਗੀ ਉਸ ਤੋਂ ਬਾਅਦ ਵੀ ਗੱਲ ਜ਼ਰੂਰ, ਔਰ ਤੁਸੀਂ ਖਾਸ ਤੌਰ ਤੇ ਇੱਥੇ ਤਸ਼ਰੀਫ ਲਿਆਉਂਦੇ ਰਹਿਣਾ ਇਨਸ਼ਾਅੱਲਾ। ਮੰਡੀ ਬਾਉਦੀਨ ਵਾਸਤੇ ਬੜੇ ਫਖਰ ਦੀ ਗੱਲ ਹੈ ਔਰ ਗੁਜਰਾਤ ਵਾਸਤੇ ਵੀ ਬਹੁਤ ਸ਼ੁਕਰੀਆ। ਤੇ ਐਸੀ ਜਿਹੜੇ ਆਉਣ ਵਾਲੀ ਨਸਲ ਹੈ ਉਹਨਾਂ ਵਾਸਤੇ ਵੀ ਇੱਕ ਮੈਸੇਜ ਹੈ ਕਿ ਇਹਨਾਂ ਦੋਸਤਾਂ ਦੀ ਤਰ੍ਹਾਂ, ਇਹਨਾਂ ਪਹਿਲਵਾਨਾਂ ਦੀ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰੋ ਔਰ ਬੁਰਾਈਆਂ ਤੋਂ ਬਚੋ ਔਰ ਖਾਸ ਤੌਰ ਤੇ ਨਸ਼ੇ ਤੋਂ ਬਚੋ। ਤੇ ਅੱਲਾ ਹਾਫਿਜ਼, ਬਹੁਤ ਸ਼ੁਕਰੀਆ।